ਚਾਹ ਤਾਂ ਪੀ ਲੈ। ਚਾਹ ਚਾਹ ਤਾਂ ਆਪਾਂ ਸਨੀਸ਼ ਵੀ ਕਰਤੀ ਆ, ਦੇਖੋ ਚਾਹ ਤੇ ਆਪਾਂ ਟਾਈਮ ਨਹੀਂ ਲਾਂਦੇ, ਚਾਹ ਤਾਂ ਆਪਾਂ। ਹਾਂਜੀ ਬੋਲੋ। ਛੱਡ ਦੇ ਨੂੰ ਇੱਕ ਮਿੰਟ ਛੱਡੀ ਯਾਰ। ਅੱਛਾ ਅੱਛਾ ਬੋਲੋ। ਇਹ ਚਾਹ ਤੂੰ ਮਿੰਟ 'ਚ ਖਿੱਚ ਜਾਂਦੀ, ਮੇਰੀ ਤਾਂ ਪਈ ਹੈ ਜੀ। ਅਤੇ ਇਹ ਚਾਹ ਤੈਨੂੰ ਕਿਉਂ ਮਤਲਬ ਇੰਨੀ ਵਧੀਆ ਲੱਗਦੀ ਹੈ, ਮਤਲਬ ਤੈਨੂੰ ਤਲਬ ਇੰਨੀ ਕਿਉਂ ਲੱਗਦੀ ਚਾਹ ਦੀ? ਮੈਂ ਵੀ ਹਜੇ ਚਾਹ ਪਈ, ਤੂੰ ਖਿੱਚ ਵੀ ਗਈ ਹੈ। ਮੈਨੂੰ ਚਾਹ ਬਹੁਤ ਹੀ ਵਧੀਆ ਲੱਗਦੀ ਹੈ, ਚਾਹ ਬਹੁਤ ਟੇਸਟੀ ਲੱਗਦੀ ਹੈ ਮੈਨੂੰ। ਵੈਸੇ ਮੈਂ ਇੱਕ ਗੱਲ ਤੁਹਾਨੂੰ ਦੱਸਾਂ, ਜਦੋਂ ਮੈਂ ਅਨਮੈਰਿਡ ਸੀ ਨਾ, ਮੈਂ ਚਾਹ ਪੀਂਦੀ ਨਹੀਂ ਸੀ ਹੈਗੀ ਉਦੋਂ। ਇਹ ਹਾਲਾਤ ਕਿੱਦਾਂ ਦੇ ਸੀ ਹੈ ਨਾ, ਉਹਦੀ ਵਜ੍ਹਾ ਨਾਲ ਮੈਂ ਚਾਹ ਪੀਣੀ ਸ਼ੁਰੂ ਕਰਤੀ। ਮੈਨੂੰ ਕੁਛ ਹੋਰ ਜ਼ਿਆਦਾ ਪਸੰਦ ਨਹੀਂ, ਫਰੂਟ ਫਰੈਟ ਵੀ ਘੱਟ ਹੀ। ਅੱਛਾ, ਤੇ ਪਹਿਲਾਂ ਜਦੋਂ ਚਾਹ ਤੇਰੇ ਮੰਮੀ ਡੈਡੀ ਪੀਂਦੇ ਸੀ, ਤੂੰ ਵਾਲੇ ਪੀਂਦੀ ਨਹੀਂ ਸੀ? ਮੈਂ ਉਹਨਾਂ ਨੂੰ ਦੇਖ ਕੇ ਹੈਰਾਨ ਹੋ ਜਾਂਦੀ ਸੀ। ਮੈਂ ਉਹਨਾਂ ਨੂੰ ਕਹਿੰਦੀ ਇਹ ਚਾਹ ਪੀ ਕਿੱਦਾਂ ਰਹੇ ਨੇ ਇੰਨੀ। ਜਦੋਂ ਮੈਂ ਮਤਲਬ ਮੇਰੀ ਮੈਰਿਜ ਨਹੀਂ ਸੀ ਹੋਈ, ਅੱਛਾ, ਮੈਂ ਦੁੱਧ ਲੈਣਾ, ਅੱਛਾ, ਉਹਦੇ ਵਿੱਚ ਮਲਾਈ ਪਾਣੀ, ਹਾਂ, ਫਿਰ ਮੈਂ ਉਹ ਦੁੱਧ ਪੀਂਦੀ ਸੀ। ਤੇ ਮੰਮੀ ਡੈਡੀ 5-10 ਮਿੰਟ ਬਾਅਦ ਡੈਡੀ ਨੇ ਕਹਿ ਦੇਣਾ ਮੰਮੀ ਨੂੰ, ਮੰਮੀ ਚਾਹ ਬਣਾ ਲਓ, ਚਾਹ ਬਣਾ ਲਓ, ਹੈ ਮੰਮੀ ਨੂੰ। ਤੇ ਮੰਮੀ ਵੀ ਨਾਲ, ਐਡਾ ਵੱਡਾ ਸਟੀਲ ਦਾ ਗਲਾਸ ਉਹਨਾਂ ਨੇ ਭਰ ਕੇ ਬੈਠ ਜਾਣਾ। ਮੈਂ ਸੋਚਣਾ ਪਤਾ ਨਹੀਂ ਕੀ ਚੱਕਰ ਹੈ ਇਹਨਾਂ ਨੂੰ, ਕਿਉਂ ਪੀਂਦੇ ਨੇ। ਜਦੋਂ ਮੇਰਾ ਵਿਆਹ ਹੋਇਆ ਬਾਅਦ ਵਿੱਚ, ਮੇਰੇ ਤੇ ਇਹੋ ਜਿਹੇ ਹਾਲਾਤ ਬਣੇ, ਪੁੱਛੋ ਨਾ ਤੁਸੀਂ, ਹੱਦੋਂ ਵੱਧ ਹੋ ਗਈ। ਫਿਰ ਮੈਂ ਘਰ ਕੁਝ ਹੈ ਨਹੀਂ ਸੀ, ਸੱਚਾਈ ਦੱਸ ਰਹੀ ਹਾਂ ਮੈਂ, ਕਿਉਂਕਿ ਹਰੇਕ ਤੇ ਇਹੋ ਜਿਹੇ ਟਾਈਮ ਆਉਂਦਾ, ਸਾਰਿਆਂ ਤੇ ਆਉਂਦਾ। ਹਾਂਜੀ, ਉਹਨਾਂ ਦੇ ਆਪਾਂ ਚਲੇ ਗਏ ਰੈਂਟ ਤੇ, ਛੋਟਾ ਜਿਹਾ ਮਕਾਨ ਸੀ, ਉੱਪਰ ਰੂਮ ਸੀ ਛੋਟਾ ਜਿਹਾ, ਚਲੇ ਗਏ ਉੱਥੇ। ਆਪਣੇ ਕੋਲ ਉਸ ਟਾਈਮ ਕੁਛ ਵੀ ਨਹੀਂ ਸੀ, ਸਿਰਫ ਇੱਕ ਇੱਕ ਜੋੜੀ ਆਪਣਾ ਕੱਪੜੇ ਹੀ ਪਾਏ ਸੀ ਦੋਨਾਂ ਨੇ ਜਦੋਂ ਆਪਾਂ ਗਏ ਸੀ। ਮਤਲਬ ਆਪਾਂ ਸਿਰਫ ਉਹ ਕਰਨ ਗਏ ਸੀਗੇ ਵੀ ਦੇਖਣ ਕਮਰਾ ਕੁਮਰਾ, ਤੇ ਆਪਾਂ ਨੂੰ ਨਹੀਂ ਸੀ ਪਤਾ ਵੀ ਆਪਾਂ ਉੱਥੇ ਹੀ ਮਤਲਬ ਰਹਿਣ ਦਾ ਉਹ ਬਣਾ ਲਾਂਗੇ ਪ੍ਰੋਗਰਾਮ। ਫਿਰ ਆਪਾਂ ਉੱਥੇ ਰਹਿਣ ਲੱਗ ਗਏ, ਉਹਨਾਂ ਨੇ ਆਪਾਂ ਨੂੰ ਮੰਜੀਆਂ ਵੀ ਦਿੱਤੀਆਂ ਜਿਹੜੇ ਨੀਚੇ ਰਹਿੰਦੇ ਸੀ, ਬਹੁਤ ਨਾਈਸ ਸੀ ਉਹ ਬੰਦੇ। ਰੋਟੀ ਵੀ ਖਵਾਈ ਸੀ ਉਹਨਾਂ ਨੇ ਆਪਾਂ ਨੂੰ, ਉਹਨਾਂ ਨੇ ਰੋਟੀ ਖਵਾਈ ਆਪਾਂ ਨੂੰ। ਉਦੋਂ ਬਾਅਦ ਆਪਣੇ ਕੋਲ ਨਾ ਮਾਚਿਸ, ਨਾ ਸਟੋਪ, ਨਾ ਗੈਸ, ਨਾ ਮੰਜਾ, ਨਾ ਕੱਪੜਾ, ਨਾ ਤਵਾ, ਨਾ ਚੱਕਲਾ, ਨਾ ਹਾਸੀ ਆਉਂਦੀ। ਔਰ ਇੰਨਾ ਮਾੜਾ ਟਾਈਮ ਦੇਖਿਆ ਨਾ ਆਪਾਂ ਦੋਨਾਂ ਨੇ, ਪਰ ਆਪਾਂ ਹਾਰੇ ਨੀ ਦੋਨੋਂ। ਹਾਂ, ਲੋਕਡਾਊਨ ਤੋਂ ਬੜਾ ਭੈੜਾ ਹਾਲ ਸੀ ਆਪਣਾ। ਤੁਸੀਂ ਸੋਚੋ ਨਾ, ਇੱਕ ਸਟੋਪ ਤੁਸੀਂ ਖਰੀਦ ਕੇ ਲਿਆਏ, ਤੁਹਾਨੂੰ ਵੀ ਇੰਨਾ ਪਤਾ ਨਹੀਂ ਸੀ, ਏਜ ਤੁਹਾਡੀ ਵੀ ਘੱਟ ਸੀ, ਮੇਰੀ ਵੀ ਏਜ ਘੱਟ ਸੀ। ਤੁਸੀਂ ਜਦੋਂ ਕਿਹਾ ਮੈਨੂੰ ਚਾਹ ਬਣਾ ਲੈ, ਮੈਂ ਬੜੀ ਖੁਸ਼ ਹੋ ਗਈ, ਹੁਣ ਚਾਹ ਬਣਾਵਾਂਗੀ। ਉਹ ਮੇਰੇ ਦਿਮਾਗ 'ਚ ਆਇਆ ਸਟੋਪ ਇਕੱਲਾ ਪਤੀਲੀ ਮਾਚਿਸ ਵਿੱਚ ਤੇਲ ਤਾਂ ਹੈ ਨਹੀਂ, ਵੀ ਚਾਹ ਕਦੀ ਬਣਾਈਏ ਹੈ। ਬਸ ਜੀ, ਫਿਰ ਹੌਲੀ ਹੌਲੀ ਸੈਟਿੰਗ ਹੁੰਦੀ ਗਈ, ਥੋੜ੍ਹਾ ਥੋੜ੍ਹਾ ਸਮਾਨ ਲਿਆ ਆਪਾਂ, ਮੰਮੀ ਗਏ, ਫਿਰ ਥੋੜ੍ਹਾ ਜਿਹਾ ਉਹਨਾਂ ਨੇ ਰਾਸ਼ਨ ਦਵਾਇਆ। ਸੱਚੀ ਰਾਸ਼ਨ ਦੀ ਗੱਲ ਸੁਣੋ, ਮੈਨੂੰ ਤਾਂ ਇੰਨਾ ਵੀ ਨਹੀਂ ਪਤਾ ਘਰ ਦਾ ਰਾਸ਼ਨ ਕਿੰਨਾ ਲਿਆਉਣਾ। ਮੰਮੀ ਕਹਿੰਦੇ ਤੂੰ ਰਾਸ਼ਨ ਦੀ ਲਿਸਟ ਬਣਾ ਅਤੇ ਅਸੀਂ ਆਉਂਦੇ ਹਾਂ। ਉਦੋਂ ਨਾ ਕਿਤੇ ਕਿਤੇ ਉਹ ਦੂਸਰਾ ਫੋਨ ਹੁੰਦਾ ਸੀ, ਹਾਂ ਉਹ ਹੁੰਦਾ ਸੀ, ਉਹ ਸਾਡੇ ਨਾ ਇੱਕੋ ਹੀ ਦੁਕਾਨ ਸੀ ਪਿੰਡ 'ਚ, ਉੱਥੇ ਸੀ। ਮੈਂ ਫੋਨ ਕਰਿਆ ਮੰਮੀ ਨੂੰ, ਮੈਂ ਕਿਹਾ ਮੰਮੀ ਵੀ ਅਸੀਂ ਪਰੇਸ਼ਾਨ ਹਾਂ। ਮੰਮੀ ਕਹਿੰਦੀ ਤੂੰ ਨਾ ਸਮਾਨ ਦੀ ਨਾ ਲਿਸਟ ਬਣਾ ਕੇ ਰੱਖ ਅਤੇ ਵੀ ਅਸੀਂ ਆਉਂਦੇ ਹਾਂ। ਤੁਸੀਂ ਮੰਨੋਗੇ ਨਹੀਂ, ਮੈਨੂੰ ਇੰਨਾ ਨਹੀਂ ਪਤਾ, 25-30 ਕਿਲੋ ਦੀ ਮੈਂ ਲਿਖੀ ਚੀਨੀ, 4-5 ਕਿਲੋ ਪੱਤੀ, ਟੀਨ ਘੀ ਦਾ ਪਤਾ ਨਹੀਂ ਕੀ ਕੀ ਲਿਖ ਲਿਆ ਲਿਸਟ 'ਚ। ਉਹੀ ਤਾਂ ਮੈਂ ਹੈਰਾਨ ਹਾਂ, ਮੈਨੂੰ ਪਤਾ ਉਹ ਮੈਨੂੰ ਪਤਾ ਨਹੀਂ ਸੀ ਹੈਗਾ। ਮੈਂ ਇੰਨੀ ਚੋੜੀ ਨਾ, ਇਹ ਨਾ ਸੱਚਾਈ ਦੇਖ ਲਓ ਹੈ ਨਾ। ਹੁਣ ਆਪਾਂ ਚੱਲ ਕਰ ਰਹੇ ਹਾਂ ਗੱਲ, ਅਤੇ ਆਪਾਂ ਨੂੰ ਚਾਹ ਤੋਂ ਸਾਰੀਆਂ ਗੱਲਾਂ ਯਾਦ ਆ ਗਈਆਂ। ਐਡੀ ਵੱਡੀ ਲਿਸਟ ਬਣਾਈ ਮੈਂ, ਮੰਮੀ ਆਏ ਮੇਰੇ ਕੋਲ, ਮੰਮੀ ਕਹਿੰਦੇ ਇਹ ਸਮਾਨ ਦੀ ਲਿਸਟ ਬਣਾ ਲਈ? ਮੈਂ ਕਿਹਾ ਹਾਂ ਮੈਂ ਬਣਾ ਲਈ। ਕਹਿੰਦੇ ਕੀ ਲਿਖਿਆ? ਜਦੋਂ ਉਹਨਾਂ ਨੇ ਦੇਖਿਆ ਨਾ 25-30 ਕਿਲੋ ਚੀਨੀ, ਟੀਨ ਘੀ ਦਾ, ਫਲਾਣਾ ਟਿਮਕਾ, ਪਹਿਲਾਂ ਤਾਂ ਮੰਮੀ ਬਹੁਤ ਜ਼ੋਰ ਨਾਲ ਹੱਸਣ ਲੱਗ ਗਏ ਮੈਨੂੰ ਵੇਖ ਕੇ। ਮੈਂ ਕਿਹਾ ਸਮਾਨ ਤੂੰ ਇੰਨੇ ਖੁਸ਼ ਹੋਏ ਨੇ ਵੀ ਮੈਨੂੰ ਲੈ ਕੇ ਦੇਣਗੇ? ਫਿਰ ਮੰਮੀ ਮੈਨੂੰ ਕਹਿੰਦੇ ਇੰਨਾ ਸਮਾਨ ਨਹੀਂ ਲਿਖੀਦਾ ਹੁੰਦਾ, ਇਹ ਤਾਂ ਕੋਈ ਆਪਾਂ ਖੰਡ ਪਾਠ ਧਰਾਉਣਾ ਹੋਵੇ ਤਾਂ ਲਿਖੀਦਾ, ਕੋਈ ਵਿਆਹ ਸ਼ਾਦੀ ਹੋਵੇ ਮਤਲਬ, ਕਿਉਂਕਿ ਪਤਾ ਨਹੀਂ ਸੀ, ਉਮਰ ਘੱਟ ਸੀ।
ਫਿਰ ਲੈ ਗਏ ਮੰਮੀ, ਪਤਾ ਨਹੀਂ ਥੋੜ੍ਹਾ ਜਿਹਾ ਮੈਨੂੰ ਚੀਨੀ ਪੱਤੀ, ਮਤਲਬ ਜੋ ਵੀ ਬਜਟ 'ਚ ਥੋੜ੍ਹਾ ਜਿਹਾ ਘਰ ਦਾ ਹੁੰਦਾ ਉਹ ਉਹਨਾਂ ਨੇ ਦਵਾਇਆ ਸਮਾਨ। ਚਲੋ ਠੀਕ ਹੈ, ਉਹ ਦਵਾ ਕੇ ਚਲੇ ਗਏ। ਕੁਝ ਖਾਣ ਪੀਣ ਦਾ ਸਮਾਨ ਵੀ ਦੇ ਗਏ ਮੈਨੂੰ, ਜਿਵੇਂ ਸੇਬ ਵਗੈਰਾ, ਪਤਾ ਨਹੀਂ ਮੈਂ ਖਾਂਦੀ ਹੁੰਦੀ ਸੀ, ਕੁਆਰੀ ਹੁੰਦੀ, ਕੁਛ ਇਹੋ ਜਿਹੀ ਉਹਨਾਂ ਨੂੰ ਪਤਾ ਸੀ ਪਸੰਦ ਦਾ, ਕੁਛ ਉਹ ਲੈ ਕੇ ਦੇ ਗਏ। 2-4 ਦਿਨ ਮੇਰੇ ਨਿਕਲੇ ਉਸ ਸਮਾਨ ਨਾਲ। ਉਦੋਂ ਬਾਅਦ ਉਹ ਤਾਂ ਫਿਰ ਚਲੇ ਗਏ ਨਾ, ਉਹ ਕਹਿਣਗੇ ਚਲ ਫਿਰ, ਉਹਨਾਂ ਨੇ ਕਿਹਾ ਅਸੀਂ ਦੁਬਾਰੇ ਆਵਾਂਗੇ। ਫਿਰ ਬਸ ਕੀ ਸੀ, ਤੁਸੀਂ ਚਲੇ ਗਏ, ਤੁਹਾਡਾ ਵੀ ਕੰਮ ਘੱਟ ਸੀ ਉਦੋਂ, ਕੋਈ ਖਾਸ ਕੰਮ ਮਤਲਬ ਇਹ ਕਢਾਈ ਦਾ ਉਦੋਂ ਜ਼ਿਆਦਾ ਕੰਮ ਨਹੀਂ ਸੀ ਹੈਗਾ, ਅਤੇ ਫਿਰ ਸੂਟਾਂ ਦੇ ਰੇਟ ਵੀ ਜ਼ਿਆਦਾ ਨਹੀਂ ਸੀ ਹੈਗੇ ਉਦੋਂ, ਬਹੁਤ ਘੱਟ ਰੇਟ 'ਚ ਤੁਸੀਂ ਸੂਟ ਬਣਾਉਂਦੇ ਸੀ। ਹਾਂ, ਘੱਟ ਸੀ ਰੇਟ ਸੂਟਾਂ ਦੀ ਕਢਾਈ ਦੇ। ਫਿਰ ਉਦੋਂ ਬਾਅਦ ਤੁਸੀਂ ਗਏ ਅਤੇ ਮਤਲਬ ਘਰ ਕੁਛ ਨਹੀਂ ਸੀ ਹੁੰਦਾ, ਇੱਕ ਆਟਾ ਹੁੰਦਾ ਸੀ ਅਤੇ ਜਾਂ ਚਾਹ ਥੋੜ੍ਹੀ ਬੱਤੀ, ਚਾਹ ਪੱਤੀ ਜੀ, ਅਤੇ ਦੁੱਧ ਤਾਂ ਚਲੋ ਹੁੰਦਾ ਹੀ ਸੀ। ਫਿਰ ਮੈਨੂੰ ਬਹੁਤ ਭੁੱਖ ਲੱਗਦੀ ਸੀ, ਰੋਟੀ ਜ਼ਿਆਦਾ ਕਿੰਨੀ ਕੁ ਬੰਦਾ ਖਾ ਲਏ ਹੈ। ਮੈਂ ਫਿਰ ਨਾ ਮਤਲਬ ਚਾਹ ਬਣਾਈ, 1-2 ਵਾਰੀ ਟਰਾਈ ਕੀਤੀ, ਮੈਂ ਕਿਹਾ ਮੰਮੀ ਡੈਡੀ ਬਹੁਤ ਚਾਹ ਪੀਂਦੇ ਸੀ, ਚੱਲ ਮੈਂ ਵੀ ਟਰਾਈ ਕਰਦੀ ਹਾਂ। ਬਸ ਮੈਂ 1-2 ਵਾਰੀ ਚਾਹ ਪੀ ਲਈ, ਬਸ ਫਿਰ ਉਹ ਚਾਹ ਪੀਂਦੀ ਗਈ ਪੀਂਦੀ ਗਈ, ਮੈਨੂੰ ਨਾ ਇਹੋ ਜਿਹੀ ਉਹਦੀ ਤਲਫ ਬਣ ਗਈ। ਮਤਲਬ ਤੇ ਹੁਣ ਮਤਲਬ ਜਿੰਨਾ ਮਰਜ਼ੀ ਹੁਣ ਦਿਨ 'ਚ 4-5 ਵਾਰੀ ਪੀਜੇ ਨਹੀਂ ਚਾਹ, ਪਤਾ ਨਹੀਂ ਜ਼ਿਆਦਾ ਹੀ ਹੋ ਜਾਂਦੀ ਹੈ। ਹੁਣ ਉਦੋਂ ਤਾਂ ਚੱਲ ਮਜਬੂਰੀ ਸੀ ਵੀ ਮੈਨੂੰ ਪੀਣੀ ਪੈਂਦੀ ਸੀ ਵੀ ਚੱਲ ਚਾਹ ਪੀ ਕੇ ਸਾਰ ਲਓ, ਮਜਬੂਰੀ ਸੀ, ਆਦਤ ਬਣ ਗਈ। ਪਰ ਹੁਣ ਇਹ ਆਦਤ ਬਣ ਗਈ, ਹੁਣ ਸਭ ਕੁਝ ਹੈ ਪਰ ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਬਸ ਜਦ ਤੱਕ ਮੈਨੂੰ ਚਾਹ ਨਾ ਮਿਲੇ। ਅੱਛਾ, ਜਿਵੇਂ ਇੱਕ ਨਸ਼ੇੜੀ ਦਾ ਹਾਲ ਹੋ ਜਾਂਦਾ ਅਮਲੀ ਦਾ, ਮਤ ਬਸ ਵੀ ਕੁਝ ਮੈਨੂੰ ਚੰਗਾ ਨਹੀਂ ਲੱਗਦਾ, ਬਸ ਮੈਨੂੰ ਚਾਹ ਮਿਲ ਜੇ, ਰੋਟੀ ਫਰੂਟ ਕੁਛ ਵੀ ਨਾ ਮਿਲੇ, ਬਸ ਮੈਨੂੰ ਚਾਹ ਮਿਲ ਜੇ। ਅਤੇ ਜਦ ਕਿ ਪਤਾ ਇਹ ਵੀ ਚਾਹ ਠੀਕ ਨਹੀਂ, ਮੈਨੂੰ ਪਤਾ ਵੀ ਜ਼ਿਆਦਾ ਚਾਹ ਮੈਂ ਨਹੀਂ ਪੀਣੀ, ਪਰ ਫਿਰ ਵੀ ਕਿਉਂਕਿ ਤਲਬ ਲੱਗ ਗਈ ਅਸੀਂ। ਅੱਛਾ, ਜਦੋਂ ਕੋਈ ਡਾਕਟਰ ਤੈਨੂੰ ਕਹਿ ਦਿੰਦਾ ਬਈ ਤੁਸੀਂ ਚਾਹ ਨਹੀਂ ਪੀਣੀ, ਮਿਰਚ ਮਸਾਲਾ ਨਹੀਂ ਖਾਣਾ, ਚਾਹ ਨਹੀਂ ਪੀਣੀ, ਤੇ ਉਸ ਟਾਈਮ ਕੀ ਮਤਲਬ ਦਿਮਾਗ? ਜਦੋਂ ਕੋਈ ਵੀ ਡਾਕਟਰ, ਜਦੋਂ ਮੈਂ ਜਾਂਦੀ ਹਾਂ ਨਾ, ਇੱਕ ਤਾਂ ਉਹ ਜਦੋਂ ਕਹਿੰਦੇ ਨੇ ਵੀ ਚਾਹ ਬਹੁਤ ਘੱਟ ਪੀਣੀ ਹੈ ਜੀ, ਪਹਿਲਾਂ ਤਾਂ ਮੈਂ ਤੁਹਾਡੇ ਮੂੰਹ ਵੱਲ ਦੇਖਦੀ ਹਾਂ, ਹਾਸੀ ਕੰਟਰੋਲ ਕਰਦੀ ਹਾਂ, ਪਰ ਨਾ ਅੰਦਰੋਂ ਮੇਰਾ ਦਿਲ ਟੁੱਟ ਜਾਂਦਾ ਵੀ ਡਾਕਟਰ ਨੇ ਚਾਹ ਨਹੀਂ ਸੀ ਕਹਿਣੀ ਮੈਨੂੰ ਵੀ ਘੱਟ ਪੀ ਬਈ, ਹੋਰ ਜੋ ਮਰਜ਼ੀ ਕਹਿ ਦਿੰਦੇ, ਇਹ ਗੱਲ ਮਾੜੀ ਕਰ ਗਏ ਡਾਕਟਰ ਸਾਹਿਬ, ਇਹ ਚਾਹ ਕਿਉਂ ਕਹਿਤਾ ਮੈਨੂੰ ਵੀ ਘੱਟ ਪੀਣੀ ਹੈ। ਅਤੇ ਚਲੋ ਸੁਣੀ ਦੀ ਡਾਕਟਰ ਸਾਹਿਬ ਦੀ ਗੱਲ, ਤਾਂ ਠੀਕ ਕਹਿੰਦੇ ਨੇ ਵੈਸੇ ਤਾਂ ਉਹ ਵੀ ਚਾਹ ਨਾ ਪੀਓ। ਇੱਕ ਦਿਨ ਫਿਰ ਮੈਂ ਇਸ ਤਰ੍ਹਾਂ ਹੀ ਕਰਿਆ, ਮੈਂ ਨਾ ਸਵੇਰੇ ਹੀ ਚਾਹ ਪੀਤੀ ਅਤੇ ਮੈਂ ਕਿਹਾ ਹੁਣ ਮੈਂ ਚਾਹ ਛੱਡ ਦੇਣੀ ਹੈ, ਤੁਸੀਂ ਵੀ ਮੈਨੂੰ ਕਹਿੰਦੇ ਹੋ ਚਾਹ ਘੱਟ ਕਰ ਘੱਟ ਕਰ, ਸੱਚੀ ਮੰਨੋ ਮੇਰੀ ਗੱਲ, ਮੈਂ ਸਵੇਰੇ ਚਾਹ ਪੀ ਕੇ ਨਾ 12 ਵੱਜ ਗਏ, 12:30 ਹੋਏ ਹੋਣੇ ਨੇ, ਉਦੋਂ ਬਾਅਦ ਮੈਂ ਇੰਨੀ ਉਦਾਸ ਹੋ ਗਈ ਨਾ, ਇੰਨੀ ਜ਼ਿਆਦਾ ਮੈਂ ਉਦਾਸ ਹੋ ਗਈ ਕਿ ਪੁੱਛੋ ਨਾ, ਮਤਲਬ ਮੇਰਾ ਹੱਸਣ ਬੋਲਣ ਨੂੰ ਜੀ ਨਾ ਕਰੇ। ਫਿਰ ਤੁਸੀਂ ਹੀ ਮੈਨੂੰ ਕਿਹਾ, ਕਹਿੰਦੇ ਤੂੰ ਇਸ ਤਰ੍ਹਾਂ ਕਰ, ਚੱਲ ਥੋੜ੍ਹੀ ਜਿਹੀ ਚਾਹ ਬਣਾ ਹੀ ਲੈ। ਜਦੋਂ ਮੈਂ ਚਾਹ ਦੇ ਨਾ 2-3 ਘੁੱਟ ਪੀਤੇ, ਸੱਚੀ ਮੈਂ ਖਿੜ ਗਈ, ਮੈਂ ਇੰਨਾ ਹੱਸੀ, ਇੰਨੀਆਂ ਗੱਲਾਂ ਕੀਤੀਆਂ, ਇੰਨੀ ਮੈਂ ਹੱਸੀ ਨਾ, ਇੰਨੀ ਮੈਂ ਖੁਸ਼ ਹੋਈ, ਬਹੁਤ ਜ਼ਿਆਦਾ ਖੁਸ਼ ਹੋਈ ਮੈਂ ਚਾਹ ਪੀ ਕੇ। ਅਤੇ ਬਸ ਮਤਲਬ ਕਿ ਮਜਬੂਰੀ ਮੇਰੀ ਆਦਤ ਬਣ ਗਈ। ਅੱਛਾ, ਚਾਹ ਇੱਕ ਮਜਬੂਰੀ ਸੀ ਉਦੋਂ ਮੇਰੀ ਪੀਣੀ, ਹੁਣ ਮੇਰੀ ਆਦਤ ਬਣ ਗਈ ਹੈ, ਹੁਣ ਮੈਂ ਲੱਖ ਕੋਸ਼ਿਸ਼ ਕਰਾਂ ਛੱਡ ਨਹੀਂ ਸਕਦੀ। ਜਿਹੜੇ ਲੋਕ ਜ਼ਿਆਦਾ ਚਾਹ ਪੀਂਦੇ ਨੇ ਹਾਂ, ਮੈਂ ਬਹੁਤ ਜਣੇ ਨਾ ਸੁਣੇ ਨੇ ਲੇਡੀਜ਼, ਖਾਸ ਕਰਕੇ ਲੇਡੀਜ਼ ਦੀਆਂ ਗੱਲਾਂ ਮੈਂ ਸੁਣੀਆਂ, ਉਹ ਸਾਰੀਆਂ ਹੀ ਕਹਿਣਗੀਆਂ ਵੀ ਚਾਹ ਮਿਲ ਜੇ ਨਾ ਬਸ, ਭਾਵੇਂ ਕਹਿੰਦੇ ਨੇ ਸਵੇਰੇ ਉੱਠਦੇ ਹਾਂ 3-4 ਵਾਰੀ ਚਾਹ ਪੀ ਲਈਦਾ ਵੀ ਸਾਨੂੰ ਚਾਹ ਮਿਲ ਜੇ, ਸਾਨੂੰ ਫਰੂਟ ਰੋਟੀ, ਹੁਣ ਕਹਿੰਦੀਆਂ ਨੇ ਲੇਡੀਜ਼ ਵੀ ਸਾਨੂੰ ਕੁਝ ਨਹੀਂ ਚਾਹੀਦਾ ਬਸ ਚਾਹ ਮਿਲ ਜੇ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਚਾਹ ਵਿੱਚ ਐਸੀ ਹੈ ਕੀ ਚੀਜ਼ ਹੈ, ਤੁਸੀਂ ਦੇਖੋ ਨਾ। ਚਾਹ ਪੱਤੀ ਜੇ ਨਸ਼ਾ ਹੁੰਦਾ ਇੱਕ ਨੋਕੋ ਕੀ ਉਹਨੂੰ ਕਹਿੰਦੇ ਨੇ, ਕੁਛ ਕਹਿੰਦੇ ਨੇ ਉਹਦੇ, ਕੋਈ ਨਾਂ ਹੈਗਾ ਹੁਣ ਮੇਰੇ ਨਾ ਹੈਗਾ ਮਾਇੰਡ 'ਚ ਪਰ ਮੈਨੂੰ ਯਾਦ ਨਹੀਂ ਆ ਰਿਹਾ। ਨਿਕੋਟੀਨ, ਹਾਂ ਉਹ ਹੁੰਦਾ ਨਸ਼ਾ, ਕੀ ਹੁੰਦਾ ਨਿਕੋਟੀਨ, ਹਾਂ ਉਹ ਹੁੰਦਾ ਨਸ਼ਾ, ਪਰ ਵੈਸੇ ਤਾਂ ਨਾ ਪੀਣੀ ਤਾਂ ਘੱਟ ਚਾਹੀਦੀ ਹੈ। ਹੁਣ ਮੈਂ ਪਤਾ ਕੀ ਕਰਦੀ ਹਾਂ, ਜਿਵੇਂ ਕਿ ਵੱਡਾ ਸਟੀਲ ਦਾ ਕੱਪ ਜਾਂ ਗਲਾਸ ਨਹੀਂ ਲੈਂਦੀ, ਆਹ ਦੇਖੋ ਇਹ ਛੋਟੀ ਜਿਹੀ ਗਲਾਸੀ ਹੈ ਨਾ, ਹੁਣ ਮੈਂ ਇਹਦੇ ਵਿੱਚ ਚਾਹ ਮਤਲਬ ਪੀਂਦੀ ਹਾਂ ਵੀ ਚਲੋ ਨਸ਼ਾ, ਇਹ ਚਾਹ ਦਾ ਇੱਕਦਮ ਛੱਡ ਨਹੀਂ ਸਕਦਾ ਨਾ ਬੰਦਾ, ਇਹ ਨਸ਼ਾ ਹੀ ਐਸਾ ਹੈ, ਥੋੜ੍ਹਾ ਥੋੜ੍ਹਾ ਕਰਕੇ ਛੱਡੋ ਇਹਨੂੰ, ਪਰ ਛੱਡਿਆ ਨਹੀਂ ਜਾਂਦਾ ਇਹ। ਅੱਛਾ, ਜੇ ਪੱਤੀ ਆਣੀ ਬੰਦ ਹੋ ਜੇ, ਵੈਸੇ ਤਾਂ ਲੱਗਦਾ ਨਹੀਂ ਪੱਤੀ,
ਮੰਨ ਲਓ ਪ੍ਰਧਾਨ हाँ ਮੰਤਰੀ ਕਹਿੰਦੇ ਪੱਤੀ ਪੀਣੀ ਨਹੀਂ ਫਿਰ। हाँ फिर जे प्रधान मंत्री जी कह देन, हुण प्रधान मंत्री जी ने जिवें लॉकडाउन करिया, आपां अंदर है ना समझौता करिया ना, आपां जा नहीं रहे, फिर मैनूं लगदा वी उह समझौता हो जाएगा, जिवें हुण होया उदां ही पत्ती वाला भी हो जाएगा लगदा मैनूं। अच्छा पर चलो, बस मतलब मर मर के जीण वाला काम ही है।